जी सत श्री अकाल ते नाले जिहड़ी तुहाडी हुण ड्यूटी बणदी आ चैनल नूं सबसक्राइब कर दो एदां उंगल मार के नाले बैल आइकोन बणिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जूगी सो कर लो सबसक्राइब। ਸਾਥੀ ਗੁਰਪ੍ਰੀਤ ਸਿੰਘ ਕੌੜਾ ਨੂੰ ਪਨਾਹ ਦੇਣ ਅਤੇ ਆਰਥਿਕ ਸਹਾਇਤਾ ਦੇਣ ਦੇ ਮਾਮਲੇ 'ਚ ਨੌਜਵਾਨ ਅੰਮ੍ਰਿਤਪਾਲ ਸਿੰਘ ਵਾਠ ਅਤੇ ਉਸਦੇ ਸਾਥੀ ਲਵਪ੍ਰੀਤ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ। ਅੰਮ੍ਰਿਤਪਾਲ ਸਿੰਘ ਵਾਠ ਦੇ ਪਿਤਾ ਸਤਨਾਮ ਸਿੰਘ ਨੂੰ ਅਸਲਾ ਐਕਟ ਤੇ ਦਰਜ ਕੇਸ 'ਚ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ। ਬੀਤੀ 28 ਜਨਵਰੀ ਨੂੰ ਉਸ ਨੇ ਉਸਦੇ ਪਿਤਾ ਸਤਨਾਮ ਸਿੰਘ ਅਤੇ ਭੈਣ ਰਾਜਵੀਰ ਕੌਰ ਨੂੰ ਅੱਧੀ ਰਾਤ ਘਰੋਂ ਚੁੱਕ ਕੇ ਥਾਣੇ ਵਿੱਚੋਂ ਬੰਦ ਕਰ ਦਿੱਤਾ ਗਿਆ। ਭਾਵੇਂ ਉਸਦੇ ਪਿਤਾ ਤੇ ਭੈਣ ਨੂੰ ਪੁਲਿਸ ਨੇ ਛੱਡ ਦਿੱਤਾ ਪਰ ਉਸ ਅਤੇ ਉਸਦੇ ਰਿਸ਼ਤੇਦਾਰ ਲਵਪ੍ਰੀਤ ਸਿੰਘ ਲਵ ਉੱਪਰ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਆਰਥਿਕ ਸਹਾਇਤਾ ਦੇਣ ਦੇ ਆਰੋਪਾਂ ਹੇਠ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਮਾਨਯੋਗ ਅਦਾਲਤ ਨੇ 9 ਫਰਵਰੀ ਤੱਕ ਨਿਆਇਕ ਹਿਰਾਸਤ ਵਿੱਚ ਜੇਲ੍ਹ 'ਚ ਭੇਜ ਦਿੱਤਾ ਗਿਆ। ਜੇਲ੍ਹ 'ਚੋਂ ਰਿਹਾਅ ਹੋ ਕੇ ਆਏ ਅੰਮ੍ਰਿਤਪਾਲ ਸਿੰਘ ਵਾਠ ਨੇ ਪੱਤਰਕਾਰ ਸੰਮੇਲਨ ਦੇ ਦੌਰਾਨ ਅਹਿਮ ਖੁਲਾਸੇ ਕਰਦਿਆਂ ਪੰਜਾਬ ਕਾਂਗਰਸ ਸਰਕਾਰ ਤੇ ਆਰੋਪ ਲਗਾਏ ਨੇ। ਉਸਨੇ ਕਿਹਾ ਕਿ ਸਰਕਾਰ ਨੌਜਵਾਨਾਂ ਤੇ ਨਜਾਇਜ਼ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਗੈਂਗਸਟਰ ਬਣਾਉਣ ਦੇ ਰਾਹ ਤੇ ਧੱਕ ਰਹੀ। ਉਸਨੇ ਥਾਣਾ ਝਮਾਲ ਦੀ ਪੁਲਿਸ ਵੱਲੋਂ ਉਸਤੇ ਦਰਜ ਕੀਤੇ ਗਏ ਕੇਸ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ। ਅਦਾਲਤ ਕੋਲੋਂ ਦਿਵਾਈ ਇਨਸਾਫ ਲਈ ਐਡਵੋਕੇਟ JS ਦੋ ਦਾ ਧੰਨਵਾਦ ਕੀਤਾ। ਵਾਠ ਨੇ ਦੱਸਿਆ ਕਿ ਉਹ ਵਿੱਕੀ ਗੌਂਡਰ ਨੂੰ ਜਾਣਦਾ ਤੱਕ ਨਹੀਂ ਪਰ ਕੁਝ ਸਿਆਸੀ ਬੰਦਿਆਂ ਦੇ ਇਸ਼ਾਰੇ ਤੇ ਉਹਨਾਂ ਤੇ ਕੇਸ ਦਰਜ ਕੀਤਾ ਗਿਆ। ਮੇਰਾ ਜੀ ਕੋਈ ਵਿੱਕੀ ਗੌਂਡਰ ਨਾਲ ਰਿਲੇਸ਼ਨ ਨਹੀਂ ਹੈਗਾ। ਕਿਤੇ ਵੀ ਕੋਈ ਕਢਾ ਕੇ ਵੇਖ ਸਕਦਾ ਵਾ, ਘਰ ਹੀ ਸੁੱਤੇ ਹਾਂ। ਘਰੋਂ ਪੁਲਿਸ ਨੇ ਚੁੱਕਿਆ ਜੀ, ਮੈਨੂੰ ਚੁੱਕ ਕੇ ਵਿੱਕੀ ਗੌਂਡਰ ਨਾਲ ਜੋੜਤਾ, ਗੈਂਗਸਟਰ 'ਚ ਪਾਤਾ। ਮੈਂ ਕੋਈ ਗੈਂਗਸਟਰ ਨਹੀਂ ਹੈਗਾ, ਮੇਰਾ ਕੋਈ ਵਿੱਕੀ ਗੌਂਡਰ ਨਾਲ ਰਿਲੇਸ਼ਨ ਨਹੀਂ ਹੈਗਾ। ਇਹ ਤੁਹਾਨੂੰ ਜੀ ਉਹ ਵੇਖੋ ਜੀ, ਅਕਾਲੀ ਦਲ ਦਾ ਵਰਕਰ ਰਿਹਾ ਮੈਂ ਜੀ, ਅਤੇ ਪਿੰਡ ਦੀ ਇਲੈਕਸ਼ਨ ਲੜਨਾ ਚਾਹੁੰਦਾ ਸਰਪੰਚੀ ਦੀ। ਲੋਕਾਂ ਦੀ ਮਦਦ ਕਰਦੇ ਹਾਂ, ਗਰੀਬਾਂ ਨੂੰ, ਕਿਸੇ ਨੂੰ ਮੋੜੀਦਾ ਨਹੀਂ ਜੀ। ਉਹਦੇ ਚੱਕਰ 'ਚ ਮੈਨੂੰ ਸਰਪੰਚ ਨਾ ਬਣਾਇਆ ਜਾਵੇ, ਉਹਦੇ ਕਰਕੇ ਮੈਨੂੰ ਸਿਆਸੀ ਦਬਾਅ ਕਰਕੇ ਮੇਰੇ 'ਤੇ ਕਾਰਵਾਈ ਹੋਣੀ ਜੀ। ਘਰ ਦੇ ਵਿੱਚੋਂ ਜੀ ਚੁੱਕਿਆ ਜੀ ਮੈਨੂੰ, ਇੱਥੇ ਮੇਰੀ ਗੱਡੀ, ਇੱਥੇ ਮੇਰਾ ਡੈਡੀ, ਸਾਡੇ ਸਾਰੇ ਪਰਿਵਾਰ ਨੂੰ ਚੁੱਕ ਲਿਆ ਜੀ, ਅਤੇ ਡੈਡੀ 'ਤੇ ਪਰਚਾ ਦੇ ਦਿੱਤਾ ਜੀ, ਮੇਰੇ 'ਤੇ ਪਰਚਾ ਦੇ ਦਿੱਤਾ ਜੀ। ਦੂਸਰਾ ਸਾਥੀ ਲਵਪ੍ਰੀਤ ਸਿੰਘ, ਉਹਤੇ ਪਰਚਾ ਦਿੱਤਾ ਜੀ। ਅੱਛਾ, ਹੁਣ ਤੁਹਾਨੂੰ ਜਿਸ ਤਰ੍ਹਾਂ ਜ਼ਮਾਨਤ ਮਿਲੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਜੱਜ ਸਾਹਿਬ ਦਾ ਬਹੁਤ ਧੰਨਵਾਦ ਹਾਂ ਜੀ, ਮੈਂ JS ਢਿੱਲੋਂ ਵਕੀਲ ਸਾਹਿਬ ਦਾ ਬਹੁਤ ਧੰਨਵਾਦ, ਜਿਨ੍ਹਾਂ ਮੈਨੂੰ ਜ਼ਮਾਨਤ ਦਿੱਤੀ ਹੈ ਜੀ, ਮੈਨੂੰ ਇਨਸਾਫ ਮਿਲਿਆ, ਬਹੁਤ ਧੰਨਵਾਦ ਇਹਨਾਂ ਦਾ। ਮੈਂ ਇਹੋ ਕਹਿਣਾ ਚਾਹੁੰਦਾ ਵੀ ਜੋ ਮੇਰੇ ਨਾਲ ਗਲਤ ਹੋਇਆ, ਪੁਲਿਸ ਨੂੰ ਇਹੋ ਚੀਜ਼ ਕਹਿਣਾ ਚਾਹੁੰਦਾ ਵੀ ਜੇ ਕੋਈ ਘਰੇ ਬੈਠਾ ਨੂੰ ਘਰੇ ਬੈਠਾ ਰਹਿਣ ਦਿਓ, ਤੰਗ ਨਾ ਕਰੋ, ਗੈਂਗਸਟਰ ਨਾ ਬਣਾਓ, ਗੈਂਗਸਟਰ ਨਾ ਬਣਾਓ, ਮੈਂ ਘਰੇ ਬਹਿਣਾ ਚਾਹੁੰਦਾ ਵਾਂ, ਮੈਂ ਗੈਂਗਸਟਰ ਨਹੀਂ ਬਣਨਾ ਚਾਹੁੰਦਾ ਜੀ। ਮਤਲਬ ਕਿ ਤੁਸੀਂ ਜਿਵੇਂ ਗੈਂਗਸਟਰ ਦੀ ਆਮ ਸੁਣਿਆ ਜਾਂਦਾ, ਗੈਂਗਸਟਰ ਜਿਹੜਾ ਵਿੱਕੀ ਗੌਂਡਰ ਵਾ, ਵਿੱਕੀ ਗੌਂਡਰ ਨੂੰ ਤੁਸੀਂ ਕੋਈ ਹਥਿਆਰ ਕੋਈ ਚੀਜ਼ ਕਿਤੇ ਦੱਸਿਆ ਗਿਆ ਉਹਨਾਂ ਨੇ? ਵਿੱਕੀ ਗੌਂਡਰ ਨੂੰ ਜਾਣਦਾ ਨਹੀਂ ਜੀ। ਹਾਂ, TV 'ਤੇ ਜ਼ਰੂਰ ਵੇਖੀਦਾ, ਉਹਦੇ ਹਰ ਕੋਈ ਨਣਾ ਜਾਣਦਾ, ਨਾ ਮੈਂ ਕਦੀ ਮਿਲਿਆ ਜੀ, ਨਾ ਉਹਨੂੰ ਕੋਈ ਹਥਿਆਰ ਦਿੱਤਾ ਜੀ, ਨਾ ਮੈਂ ਉਹਨੂੰ ਜਾਣਦਾ ਜੀ। ਸਿਆਸੀ ਦਬਾਅ ਕਰਕੇ ਹੁੰਦਿਆ ਜੀ, ਸਿਆਸੀ ਦਬਾਅ ਮੇਰੇ ਨਾਲ ਧੱਕਾ ਹੁੰਦਿਆ ਜੀ। ਜਿਹੜੀ ਹੁਣ ਸਰਪੰਚੀ ਇਲੈਕਸ਼ਨ ਆਉਣੀ ਹੈ, ਹਾਂਜੀ, ਤੁਸੀਂ ਉਹ 'ਚ ਲੜਨ ਨੂੰ ਤਿਆਰ ਬੈਠੇ ਹੋ? ਹਾਂਜੀ, ਬਿਲਕੁਲ ਤਿਆਰ, ਪਿੰਡ ਮੇਰੇ ਨਾਲ ਆ, ਜਿੱਥੋਂ ਮਰਜ਼ੀ ਤੁਸੀਂ ਬਿਆਨ ਲੈ ਸਕਦੇ, ਸਾਰਾ ਪਿੰਡ ਆਪਣੇ ਨਾਲ। ਤੁਸੀਂ ਕਿਸ ਪਾਰਟੀ ਨਾਲ ਇਲੈਕਸ਼ਨ ਲੜੋਗੇ? ਹਾਂ, ਮੈਂ ਅਕਾਲੀ ਦਲ ਵੱਲੋਂ। ਅਕਾਲੀ ਦਲ? ਹਾਂ, ਮੇਰਾ ਬੇਟਾ ਵਾ ਫੁੱਟਬਾਲ ਬਾਠ, ਸਾਨੂੰ ਨਜਾਇਜ਼ ਰਾਤ 12 ਵਜੇ ਆਣ ਕੇ ਪੁਲਿਸ ਪੈ ਗਿਆ, 50-100 ਬੰਦਾ, ਅਤੇ ਸਾਡਾ ਸਾਨੂੰ ਚੁੱਕ ਕੇ ਲੈ ਗਿਆ। ਸਾਡਾ ਕੋਈ ਕਿਸੇ ਨਾਲ ਲੰਕ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ, ਘਰ ਬੈਠੇ ਆਪਣੇ, ਨਾ ਸਾਨੂੰ ਘਰ ਬਹਿਣ ਦਿੰਦੇ ਆ, ਧੱਕੇ ਕਰੀ ਜਾਂਦੇ ਸਾਡੇ ਪੁਲਿਸ ਕਰਨ ਲਈ, ਧੱਕੇ ਪਰਚੇ ਕਰਦੇ ਸਾਡੇ ਦੇ ਦੋਵਾਂ ਦੇ ਪੁੱਤਾਂ ਦੇ, ਨਜਾਇਜ਼ ਘਰੋਂ ਫੜ, ਗੱਡੀ ਸਾਡੀ ਘਰੋਂ ਖੜੀ ਅਤੇ ਸਾਡੀ ਬਾਹਰ ਦੀ ਬਣਾਉਂਦੀ ਹੈ ਜੀ, ਗੱਡੀ 'ਚੋਂ ਫੜੇ ਬੰਦੇ। ਜੱਜ ਸਾਹਿਬ ਨੇ ਅਤੇ ਵਕੀਲ ਸਾਹਿਬ ਨੇ ਸਾਡਾ ਬਹੁਤ ਧੰਨਵਾਦ ਰੱਖ ਲਈਏ, ਸਾਡਾ ਬਹੁਤ ਇਨਸਾਫ ਦਿੱਤਾ ਸਾਨੂੰ, ਨਾ ਜ਼ਮਾਨਤ ਹੋ ਗਈ ਸਾਡੀ। ਜਿਵੇਂ ਕਿ ਨੌਜਵਾਨ ਬੱਚਾ ਵਾ, ਜਿਵੇਂ ਕਿ ਉਹਨੇ ਜਿਵੇਂ ਗੈਂਗਸਟਰ ਨਾਲ ਪਾਇਆ ਜਾ ਰਿਹਾ ਸੀ, ਗਲਤ ਸੀ ਧੱਕਾ ਹੁੰਦਾ ਜੀ, ਤਦੇ ਕਰਕੇ ਸਾਡਾ ਧੱਕਾ ਹੁੰਦਾ, ਤਦੇ ਕਰਕੇ ਗਾਦੀਆਂ ਦੇ ਬੰਦੇ ਅਸੀਂ, ਧੱਕਾ ਨਾਲ ਸਾਡਾ ਉੱਥੇ ਮਰਜ਼ੀ ਪਰਚਾ ਕਰਾਈ ਜਾਂਦੀ। ਤਿਆਰ ਤਿਆਰ ਜੀ, ਬਿਲਕੁਲ ਤਿਆਰ ਹਾਂ ਜੀ, ਅਸੀਂ ਤਾਂ ਅਕਾਲੀ ਨਾਲ ਲੜਨੀ ਆ, ਅਕਾਲੀ ਪਾਰਟੀ ਨਾਲ। ਅੱਜ ਹੋਇਆ ਸੀ ਅੰਮ੍ਰਿਤਪਾਲ ਸਿੰਘ ਅਤੇ ਲਵਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਬਾਠ ਅਤੇ ਲਵਪ੍ਰੀਤ ਸਿੰਘ ਦੇ ਖਿਲਾਫ਼ ਥਾਣਾ ਚੌਪਾਲ ਵਿਖੇ FIR ਨੰਬਰ 8 ਅਤੇ 212, 216, 120 ਵੀ ਹੋਰ ਧਾਰਾਵਾਂ ਤਹਿਤ ਗੈਂਗਸਟਰਾਂ ਨੂੰ ਜਿਹੜਾ ਸ਼ੈਲਟਰ ਦੇਣ ਦਾ, ਇਹਨਾਂ ਨੂੰ 28 ਤਰੀਕ ਨੂੰ ਉੱਥੇ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਪੁਲਿਸ ਰਿਮਾਂਡ ਦੀ ਰਿਕੁਐਸਟ ਕੀਤੀ, ਉਹ ਪੁਲਿਸ ਰਿਮਾਂਡ ਡਿਕਲਾਈਨ ਹੋਇਆ। ਉਸ ਤੋਂ ਬਾਅਦ ਅਸੀਂ ਪਰਸੋਂ ਬੇਲ ਲਈ ਸੀ ਕੋਰਟ ਦੇ ਵਿੱਚ, ਇੱਥੇ ਮੈਡਮ ਓਨਰੇਬਲ ਸਾਡੇ ACJM ਨੇ, ਮੈਡਮ ਰਾਣਾ ਕਵਰਦੀਪ ਕੌਰ ਜੀ, ਉਹਨਾਂ ਦੀ ਕੋਰਟ 'ਚ ਬੇਲ ਲਈ ਸੀ। ਉਹਨਾਂ ਫਿਰ ਇਹ ਗੌਰਮੈਂਟ ਨੂੰ ਨੋਟਿਸ ਕੀਤਾ ਸੀ ਇੱਕ ਦਿਨ ਲਈ, ਅਤੇ ਕੱਲ੍ਹ ਉਹਨਾਂ ਨੇ ਫਿਰ ਆਰਗੂਮੈਂਟ ਸੁਣਨ ਤੋਂ ਬਾਅਦ ਉੱਥੇ ਇਹ ਆਰਗੂਮੈਂਟ ਹੋਇਆ ਵੀ ਜਿਹੜਾ ਇਹ ਪੁਲਿਸ ਆ ਜਿਹੜੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਇਹਨਾਂ ਦੋਵਾਂ ਨੂੰ, ਅੰਮ੍ਰਿਤਪਾਲ ਸਿੰਘ ਬਾਠ ਨੂੰ ਅਤੇ ਲਵਪ੍ਰੀਤ ਸਿੰਘ ਨੂੰ, ਜਿਹੜਾ ਇਹਦੇ ਨਾਲ ਜਿਹੜਾ ਕਨੈਕਟ ਨਹੀਂ ਕਰ ਪਏ ਕ੍ਰਾਈਮ ਦੇ ਨਾਲ, ਅਤੇ ਸਾਡੀਆਂ ਜਿਹੜੀਆਂ
बहस में सहमत होंदे हुए जिहड़ियां उन्होंने माणयोग अदालत ने जिहड़ी इन्होंने दोवां बेल बॉन्ड आफ्टर फर्निशिंग बेल बॉन्ड ऑफ रुपीज 40,000 इन्हां दी जमानत दे उत्ते जिहड़ी मंजूर कर लई है ते कल दा उन्हां नूं शाम दा जिहड़ा रिहा कर दिता गया वा उत्थों अमृतसर सेंटर जेल चों। दूसरा एक परचा इहदे अमृतपाल सिंह बाठ दे फादर साहब जिहड़े सर सुनाम सिंह जी उन्हां दे खिलाफ परचा दर्ज किया गया सी एक भी 55-53 ते एक 30 दा नाल भी इन्होंने जिहड़ी अपनी राइफल आ 315 बोर इन्होंने को बंदा वा उत्थों दा चीचे दा उन्होंने यूज़ कर ली दी सी उहदे खिलाफ फिर असी जिहड़ी एंटीसपेटरी बेल लाई सी इहदे फादर दी सरार सुनाम सिंह होना दी सरार एच पी सिंह साडे डी जी ने उत्थे कोर्ट दे विच गई उत्थे असी आर्गू कीता सारा भी इहनू गैंगस्टर दे नाल नाल एवें जोड़िया गया सारे परिवार को नजायज़ तौर से वसाया जा रहा वा तो उहदे विच भी सानू माणयोग अदालत ने साडियां दलीलां नाल सहमत होए तो उन्होंने भी जिहड़ी अगाऊं अंतरिम जमानत जिहनू आपां कह दिंदे जेकर सच बोलना सच लिखना बगावत है तां समझो असी बागी हाँ। सच अते हक की आवाज दुनिया के हर कोने कोने की गल पंजाब टीवी करेगा सच का खुलासा। तुसी देखते रहो पंजाब टीवी सच अते हक की आवाज़।